Hey guys, welcome to my channel. It's City Aura with Remora. ਤਾਂ ਅੱਜ ਫਿਰ ਮੈਂ ਤੁਹਾਨੂੰ ਸ਼ਾਹੀ ਸ਼ਹਿਰ ਪਟਿਆਲੇ ਦਾ ਸ਼ਾਹੀ ਕਿਲਾ ਦਿਖਾਉਣ ਜਾ ਰਿਹਾ ਹਾਂ। ਸੋ ਲੈਟਸ ਗੈਟ ਸਟਾਰਟਡ। ਸੋ ਗਾਈਸ, ਜਿਵੇਂ ਹੀ ਆਪਾਂ ਇਸ ਮੇਨ ਕਿਲੇ ਦੀ ਐਂਟਰੈਂਸ ਤੋਂ ਐਂਟਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਲੇ ਦਾ ਮੇਨ ਜੋ ਹੈ ਕਿ ਕਿਲਾ ਅੰਦਰੂਨ ਹੈ, ਅਤੇ ਉਸਦੇ ਰਾਈਟ ਹੈਂਡ ਸਾਈਡ ਹੈਗਾ ਦਰਬਾਰ ਹਾਲ ਜਿੱਥੇ ਕਿ ਰਾਜਾ ਦਾ ਦਰਬਾਰ ਲੱਗਦਾ ਸੀਗਾ, ਐਂਡ ਉਸਦੀ ਲੈਫਟ ਹੈਂਡ ਸਾਈਡ ਹੈਗਾ ਗੈਸਟ ਹਾਊਸ ਜਿੱਥੇ ਕਿ ਰਾਜਾ ਜੀ ਦੇ ਜਿੰਨੇ ਵੀ ਗੈਸਟ ਆਉਂਦੇ ਸੀਗੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਸੀਗਾ। ਪਟਿਆਲੇ ਦੀ ਆਨ, ਪਟਿਆਲੇ ਦੀ ਸ਼ਾਨ, ਪਟਿਆਲੇ ਦਾ ਕਿਲਾ ਮੁਬਾਰਕ ਜਿਸ ਨੂੰ 1763 ਈਸਵੀ ਵਿੱਚ ਬਾਬਾ ਆਲਾ ਜੀ ਨੇ ਵਸਾਇਆ ਸੀਗਾ। ਬਾਬਾ ਆਲਾ ਸਿੰਘ ਜੀ ਪਟਿਆਲੇ ਦੇ ਪਹਿਲੇ ਮਹਾਰਾਜਾ ਸੀਗੇ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਅਹਿਮਦ ਸ਼ਾਹ ਅਬਦਾਲੀ ਨੇ ਉਰੇ ਦੇ ਰਾਜਾ ਦੀ ਪਦਵੀ ਦਿੱਤੀ ਸੀਗੀ। ਸੋ ਗਾਈਜ਼, ਹੁਣ ਇਹ ਜੋ ਤੁਸੀਂ ਦੇਖ ਰਹੇ ਹੋ ਹੈਗਾ ਕਿਲਾ ਅੰਦਰੂਨ, ਉਸਦੀ ਮੇਨ ਐਂਟਰੈਂਸ ਹੈ, ਅਤੇ ਇਸ ਐਂਟਰੈਂਸ ਨੂੰ ਅਗਰ ਆਪਾਂ ਦੇਖੀਏ ਤਾਂ ਮਤਲਬ ਬਹੁਤ ਹੀ ਬਿਊਟੀਫੁਲੀ ਇਸ ਨੂੰ ਡੈਕੋਰੇਟ ਕੀਤਾ ਗਿਆ। ਇਸਦੇ ਸੈਂਟਰ 'ਚ ਫੁੱਲ ਬਣਾਇਆ ਗਿਆ ਐਂਡ ਜੋਮੈਟ੍ਰੀਕਲ ਡਿਜ਼ਾਇਨਸ ਨਾਲ ਇਸ ਨੂੰ ਡੈਕੋਰੇਟ ਕੀਤਾ ਹੋਇਆ, ਐਂਡ ਫਿਲਹਾਲ ਇਸਦੇ ਅੰਦਰ ਇਸਦਾ ਰਿਪੇਅਰ ਦਾ ਕੰਮ ਚੱਲ ਰਿਹਾ ਜਿਸ ਕਰਕੇ ਆਪਾਂ ਅੰਦਰ ਨਹੀਂ ਜਾ ਸਕਦੇ, ਅਤੇ ਮੇ ਬੀ ਕੁਛ ਆਉਣ ਵਾਲੇ ਸਾਲਾਂ ਬਾਅਦ ਜਦ ਰਿਪੇਅਰ ਹੋ ਜਾਵੇਗੀ ਆਪਾਂ ਅੰਦਰ ਵੀ ਦੇਖ ਸਕੀਏ। ਹੁਣ ਜੋ ਤੁਸੀਂ ਮੇਰੀ ਬੈਕ ਸਾਈਡ 'ਤੇ ਦੇਖ ਰਹੇ ਹੋ ਇਹ ਹੈਗਾ ਦਰਬਾਰ ਹਾਲ। ਕਿਸੇ ਟਾਈਮ ਵਿੱਚ ਇਹ ਰਾਜਿਆਂ ਦੀ ਸਭਾ ਲੱਗਦੀ ਹੁੰਦੀ ਸੀ ਉਰੇ, ਇਹ ਪੂਰਾ ਦਰਬਾਰ ਸੀਗਾ ਇਹ ਕਿਲੇ ਦਾ, ਐਂਡ ਬਟ ਹੁਣ ਇਸਨੂੰ ਮਿਊਜ਼ੀਅਮ 'ਚ ਕਨਵਰਟ ਕਰ ਦਿੱਤਾ ਗਿਆ। ਉਰੇ ਬਹੁਤ ਸਾਰੇ ਆਰਟੀਫੈਕਟਸ ਅਤੇ ਆਰਮਰੀ ਰਾਜਾ ਦੀ ਰੱਖੀ ਹੋਈ ਹੈ, ਬਹੁਤ ਸੋਹਣਾ ਇਹ ਅੰਦਰੋਂ ਹੈਗਾ, ਅਤੇ ਈਜ਼ੀ ਸਟੋਰੀ ਵੀ ਹੈਗੀ ਇਸ 'ਚ ਨਾ। ਝੂਮਰ ਲੱਗੇ ਹੋਏ ਨੇ ਜਿਹੜੇ ਕਿ ਪੂਰੇ ਦੇ ਪੂਰੇ ਕਹਿ ਸਕਦੇ ਗਲਾਸ ਦੇ ਬਣੇ ਹੋਏ ਨੇ, ਐਂਡ ਇਹ ਇਹਨਾਂ ਝੂਮਰਾਂ ਦੀ ਇੱਕ ਸਟੋਰੀ ਵੀ ਹੈਗੀ ਹੈ। ਇੱਕ ਵਾਰ ਕਿਆ ਹੋਇਆ ਸੀਗਾ, ਮਹਾਰਾਜਾ ਮਹਿੰਦਰ ਸਿੰਘ ਜੀ ਕੋਲਕਾਤਾ ਗਏ ਸੀਗੇ, ਅਤੇ ਕੋਲਕਾਤਾ ਵਿੱਚ ਉੱਥੇ ਉਹ ਇੱਕ ਦੁਕਾਨ ਵਿੱਚ ਗਏ ਸੀ ਜਿਸ ਦੁਕਾਨ 'ਤੇ ਇਹ ਝੂਮਰ ਮਿਲ ਰਹੇ ਸੀਗੇ, ਅਤੇ ਉਸ ਦੁਕਾਨਦਾਰ ਨੇ ਕਿਹਾ ਸੀਗਾ ਰਾਜਾ ਜੀ ਨੂੰ ਕਿ ਇਹ ਕੋਈ ਆਮ ਬੰਦਾ ਐਵੇਂ ਨਹੀਂ ਖਰੀਦ ਸਕਦਾ ਹੈਗਾ, ਅਤੇ ਇਹ ਗੱਲ ਸੁਣ ਕੇ ਉਹਨਾਂ ਨੂੰ ਬਹੁਤ ਮਤਲਬ ਗੁੱਸਾ ਆਇਆ, ਅਤੇ ਉਹਨਾਂ ਨੇ ਉਸ ਦੁਕਾਨ ਦੇ ਸਾਰੇ ਝੂਮਰ ਖਰੀਦ ਲਿੱਤੇ, ਅਤੇ ਉਹ ਲਿਆ ਕੇ ਉਰੇ ਪਟਿਆਲੇ 'ਚ ਆਪਣੇ ਦਰਬਾਰ 'ਚ ਲਗਾਏ, ਅਤੇ ਉਹ ਸਾਰੇ ਅੱਜ ਵੀ ਉਰੇ ਬਹੁਤ ਬਿਊਟੀਫੁਲੀ ਡੈਕੋਰੇਟਿਡ ਕੀਤੇ ਹੋਏ ਨੇ, ਅਤੇ ਅੱਜ ਵੀ ਉਰੇ ਦੀਵਾਰਾਂ ਉੱਪਰ ਕੰਧਾਂ 'ਤੇ ਲੱਗੇ ਹੋਏ ਨੇ, ਅਤੇ ਇੰਨੇ ਸੋਹਣੇ ਨੇ ਉਹ। ਐਂਡ ਇਸਦੇ ਅੰਦਰ ਇੱਕ ਰਾਜਾ ਦੀ ਚਾਂਦੀ ਦੀ ਬੱਗੀ ਵੀ ਰੱਖੀ ਹੋਈ ਹੈ ਜਿਹੜੀ ਕਿ ਪੂਰੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਦੀ ਪੂਰੀ ਚਾਂਦੀ ਦੀ ਬਣੀ ਹੋਈ ਹੈ, ਅਤੇ ਉਹ ਬਹੁਤ ਸੋਹਣੀ ਹੈ, ਬਹੁਤ ਸੋਹਣੀ ਚਾਂਦੀ ਦੀ ਬੱਗੀ ਹੈਗੀ ਹੈ। ਉਸਨੂੰ ਰਾਜਾ ਯੂਜ਼ ਕਰਦੇ ਹੁੰਦੇ ਸੀਗੇ ਜਦ ਵੀ ਉਹ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹੁੰਦੇ ਸੀਗੇ। ਬਹੁਤ ਬਿਊਟੀਫੁਲ ਹੈਗਾ, ਅਤੇ ਸਾਰੇ ਉਸਦੇ ਆਰਮਰੀ ਰਾਜਾ ਦੀ ਉਸਦੀ ਬੰਦੂਕਾਂ ਉਸਦੇ ਤਲਵਾਰਾਂ ਇਸ ਮਿਊਜ਼ੀਅਮ ਵਿੱਚ ਰੱਖੀਆਂ ਹੋਈਆਂ ਨੇ। ਇਹ ਹਜੇ ਇਸਦੀ ਰੈਨੋਵੇਸ਼ਨ ਚੱਲ ਰਹੀ ਹੈ, ਅਤੇ ਆਉਣ ਵਾਲੇ ਟਾਈਮ 'ਚ ਮੇ ਬੀ ਸਾਲ ਜਾਂ ਕੁਛ ਟਾਈਮ ਬਾਅਦ ਆਪਾਂ ਨੂੰ ਇਹ ਓਪਨ ਹੋ ਜਾਏਗਾ ਦੇਖਣ ਲਈ, ਅਤੇ ਆਪਾਂ ਦੇਖ ਪਾਵਾਂਗੇ। ਫਿਲਹਾਲ ਆਪਾਂ ਅੱਗੇ ਚੱਲਦੇ ਹਾਂ। ਸੋ ਗਾਈਜ਼, ਇਹ ਜੋ ਜਗ੍ਹਾ ਹੁਣ ਤੁਸੀਂ ਮੇਰੀ ਬੈਕ ਸਾਈਡ 'ਤੇ ਦੇਖ ਰਹੇ ਹੋ ਇਹ ਸੀਗਾ ਰਾਜੇ ਦਾ ਫੋਰਨ ਗੈਸਟਸ ਦਾ ਗੈਸਟ ਹਾਊਸ। ਉਰੇ ਰਾਜਾ ਦੇ ਜਿੰਨੇ ਵੀ ਫੋਰਨ ਤੋਂ ਗੈਸਟਸ ਆਉਂਦੇ ਸੀਗੇ ਉਹਨਾਂ ਨੂੰ ਉਰੇ ਠਹਿਰਾਇਆ ਜਾਂਦਾ ਸੀਗਾ। ਬਹੁਤ ਸੋਹਣਾ ਇਹਨਾਂ ਨੇ ਬਣਾ ਰੱਖਿਆ। ਐਂਡ ਗਾਈਜ਼, ਇਹ ਬਿਲਕੁਲ ਉਹੀ ਜਗ੍ਹਾ ਹੈ ਜਿੱਥੇ ਸਨ ਆਫ ਸਰਦਾਰ ਮੂਵੀ ਦੀ ਸ਼ੂਟਿੰਗ ਹੋਈ ਸੀਗੀ, ਜਦੋਂ ਅਜੇ ਦੇਵਗਨ ਨੂੰ ਕਾਰ ਵਿੱਚ ਬਿਠਾ ਕੇ ਪੁਲਿਸ ਆਫਿਸਰ ਲੈ ਕੇ ਆਉਂਦਾ, ਅਤੇ ਉਸਨੂੰ ਨੋ ਮੈਨਸ ਲੈਂਡ ਵਿੱਚ ਰੋਕ ਲੈਂਦੇ ਨੇ, ਘੇਰ ਲੈਂਦੇ ਨੇ, ਤਾਂ ਇਹ ਉਹੀ ਨੋ ਮੈਨਸ ਲੈਂਡ ਹੈ ਜਿੱਥੇ ਸਨ ਆਫ ਸਰਦਾਰ ਮੂਵੀ ਦੀ ਸ਼ੂਟਿੰਗ ਹੋਈ ਸੀ। ਸਨ ਆਫ ਸਰਦਾਰ ਦੇ ਕਾਫੀ ਸਾਰੇ ਸੀਨਸ ਇਸ ਫੋਰਟ ਵਿੱਚ ਸ਼ੂਟ ਹੋਏ ਹੋਏ ਨੇ। ਇਹ ਜੋ ਹੈ ਇਹ ਬੈਕ ਸਾਈਡ ਵਾਲੀ ਵਾਲ ਹੈ, ਐਂਡ ਜੋ ਇਹ ਅਭੀ ਜੋ ਆਪ ਮੇਰੀ ਬੈਕ ਸਾਈਡ 'ਤੇ ਦੇਖ ਰਹੇ ਹੋ ਇਹ ਸਾਰਾ ਇਹ ਇਧਰ ਵਾਲਾ ਇਹ ਹੈ ਕਿਲੇ ਕੀ ਮੇਨ ਵਾਲ। ਇਸਕੋ ਇਸ ਤਰੀਕੇ ਸੇ ਕਿਉਂ ਬਣਾਇਆ ਗਿਆ, ਮਤਲਬ ਪਹਿਲੇ ਕਿਆ ਹੋਤਾ ਥਾ ਕਿ ਰਾਜਾ ਜੋ ਜਿਤਨੇ ਵੀ ਆਪਣੇ ਕਿਲੇ ਵਗੈਰਾ ਬਣਾਤੇ ਥੇ ਨਾ, ਵੋ ਇਸ ਤਰੀਕੇ ਸੇ ਬਣਾਤੇ ਥੇ ਕਿ ਅਗਰ ਕਲ ਕੋ ਕੋਈ ਉਨ ਪੇ ਹਮਲਾ ਵੀ ਕਰਤਾ ਹੈ ਨਾ, ਤੋ ਉਨਕਾ ਜੋ ਮੇਨ ਕਿਲਾ ਹੈ ਵੋ ਸੇਫ ਰਹੇ। ਅਬ ਜੈਸੇ ਅਗਰ ਕੋਈ ਇਧਰ ਸੇ ਦੀਵਾਰ ਪੇ ਕੋਈ ਹਮਲਾ ਵੀ ਕਰਤਾ ਹੈ, ਤੋ ਉਨਕੇ ਜੋ ਮੇਨ ਕਿਲਾ ਹੈ ਵੋ ਸੇਫ ਐਂਡ ਸਿਕਿਓਰ ਰਹੇ। ਤੋ ਇਸ ਤਰੀਕੇ ਸੇ ਕੁਛ ਇਹ ਬਣਾਇਆ ਜਾਤਾ ਥਾ। ਉਸ ਟਾਈਮ 'ਚ ਦੇਖਿਆ ਜਾਏ ਤਾਂ ਇਹ ਬਹੁਤ ਹੀ ਸੋਹਣਾ ਉਸ ਟਾਈਮ ਨਾਲ ਬਣਾਇਆ ਹੋਇਆ ਸੀਗਾ ਰਾਜਾ ਨੇ, ਬਟ ਅੱਜ ਕਾਫੀ ਖਰਾਬ ਹੋ ਚੁੱਕਿਆ, ਟੁੱਟ ਚੁੱਕਿਆ, ਇਸ ਲਈ ਪੰਜਾਬ ਗਵਰਨਮੈਂਟ ਇਸਨੂੰ ਰਿਪੇਅਰ ਵੀ ਕਰ ਰਹੀ ਹੈ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ ਸੀਗਾ।
चुन्ना रेड सैंडस्टोन उसी मटीरियल नू यूज़ करके उसी टेक्निक नू यूज़ करके इस सारे किले नू रेनोवेट किया जा रहा है ते मे बी आने वाले कुछ महीने या सालों में आपां नू ये सारी चीज़ां बहुत ही सोहने तरीके ते बहुत ही वधिया वे च आपां नू देखण नू मिले ते इसी गैसट हाउस के बिल्कुल सामने हैगा ये फाउंटेन उरे बिल्कुल एक पूरा फाउंटेन बनाया होया ते गैसट्स नू वेलकम करन लई ये फाउंटेन एंड उसके डेकोरेशन बहुत कुछ सीगा उरे फिलहाल ये कंडीशन बहुत ख़राब है बट होप कि जल्दी ये रिपेयर होकर अपन देखने को मिलेगा इस ये भी पंजाब गवर्नमेंट का बहुत बढ़िया तरीका हैगा अपने हैरीटेज को बचाने का तो उसको प्रमोट करने का एंड अपन भी इस सपोर्ट करना चाहिए सपोर्ट आप किवें कर सकते हैं मतलब आप जिमें अगर किसी भी हैरीटेज साइट पर जाने उसनों साफ सुथरा रख के उसते कुछ भी फालतू मतलब ज़्यादातर लोग ही करते हैं कंधा तो लिखन लग जाते हैं तो वो बहुत गलत चीज़ हैगी है अपन कंधा तो बिल्कुल भी नहीं लिखना चाहिए तो अपने देश में अपनी जिनी भी घूमन फिरन की हैरीटेज साइट्स ने उन्होंने साफ सुथरा रखना अपनी खुद की जिम्मेदारी बनती है सो गाइज थैंक्स फॉर वॉचिंग माई वीडियो दिस वीडियो इज शूटेड इन कोलैबोरेशन विद म्यूनसिपल कारपोरेशन पटियाला 22 फरवरी तो पटियाला हैरीटेज फैसटिवल शुरू हो रहा है तो उसके काफ़ी सारे इवेंट्स उरे किले भी होने ने जिस विच कि क्लासिकल म्यूजिक एंड कल्चरल इवेंट्स होने ने जोड़े कि शाम को शुरू होते हैं अराउंड 6-7 बजे शुरू होते हैं एंड उसकी तैयारियां पूरी जोरों शोरों उरे चल रही ने तो सारे ने भी जरूर आना है इट्स फ्री ऑफ कॉस्ट थोड़ी कोई टिकट नहीं हैगी तो पूरे किले लाइटा नाल एंड हर चीज़ नाल सजाया जाना है तो तुहानू जरूर आके देखना चाहिए कि क्या पटियाले का हैरीटेज हैगा तो उसनू किस तरह सरकार भी सामभ के रखन च हैल्प कर रही है तो जरूर आइयो एंड इस दे होर भी इवेंट्स होणगे जिहड़े कि शीश महल NIS विच होणगे इसकी सारी डिटेल्स मैं अपने इंस्टाग्राम पेज की मोहरा पर पावगा तो डू फॉलो माई पेज ऑन इंस्टाग्राम एंड फॉर मोर अपडेट्स स्टे ट्यून्ड एंड सब्सक्राइब टू माई चैनल भी मोहरा. Thank you.